ਮਜਬੂਰਨ ਆਪਦੇ 5 ਮੰਤਰੀ ਉਤਾਰਨੇ ਪਏ, ਉਹਨਾਂ ਕੋਲੇ ਹੋਰ ਕੋਈ ਚਿਹਰਾ ਨਹੀਂ ਰਹਿ ਗਿਆ। ਕਹਿਣ ਦਾ ਮਤਲਬ ਇਹ ਹੈ ਕਿ 2 ਸਾਲਾਂ ਦੀ ਸਰਕਾਰ ਦੇ ਵਿੱਚ 92 ਸੀਟਾਂ ਵਾਲੀ ਔਰ 13-0 ਕਹਿਣ ਵਾਲਿਆਂ ਕੋਲੇ ਕੋਈ ਨਵੇਂ ਚਿਹਰੇ ਨਹੀਂ ਮਿਲੇ ਸੀਗਾ। ਹੁਣ ਉਹ ਮੁੱਖ ਮੰਤਰੀ ਸਾਹਿਬ ਜਿਹੜੀ 13-0 ਵਾਲੀ ਗੱਲ ਕਰਦੇ ਸੀ, ਉਹ ਨਹੀਂ ਕਿਸੇ ਨੇ ਸਵਾਲ ਪੁੱਛਿਆ ਵੀ 13-0 ਕੀ ਹੈ, 13-0 ਮਤਲਬ ਕਿ ਆਪ 0 ਤੇ ਤਾਂ ਨਹੀਂ ਰਹਿਣ ਵਾਲੇ। ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਇਹ ਚਿਹਰੇ ਮੁੱਖ ਮੰਤਰੀ ਨੂੰ ਪਸੰਦ ਨਹੀਂ ਸਨ। ਕਿ ਦਿੱਲੀ ਦੀ ਔਰ ਮਾਨ ਸਾਹਿਬ ਦੀ ਆਪਸ ਵਿੱਚ ਜਿਹੜੀ ਕਿ ਜਿਹੜੇ ਉਹਨਾਂ ਦੇ ਚਹੇਤੇ ਹੈ, ਉਹਨਾਂ ਨੂੰ ਉਹ ਚਾਹੁੰਦੇ ਨੇ ਵੀ ਇਹ ਕਿਤੇ ਨਾ ਕਿਤੇ ਇਹਨਾਂ ਨੂੰ ਇੱਥੋਂ ਫਾਰਗ ਕਰ ਦਿੱਤਾ ਜਾਵੇ। ਸੀਨੀਅਰ ਵੀ ਆਏਗੇ। ਕੁਛ ਕਿਹਾ ਜਾ ਰਿਹਾ ਹੈ ਕਿ ਬੜੇ ਨੇਤਾ ਆਪਕੇ ਚੁਣਾਵ ਨਹੀਂ ਲੜਨਾ ਚਾਹਤੇ ਲੋਕ ਸਭਾ ਕਾ, ਨਵਜੋਤ ਸਿੰਘ ਸਿੱਧੂ ਕਾ ਵੀ ਨਾਮ ਉਸਮੇ ਹੈ, ਉਹਨਾਂ ਨੇ ਮਨਾ ਕੀਤਾ ਹੈ, ਐਸਾ ਕੁਛ ਹੈ। ਨੇਤਾ ਚੁਣਾਵ ਨਹੀਂ ਲੜਨਾ ਚਾਹਤਾ ਜਾਂ ਲੜਨਾ ਚਾਹਤਾ ਹੈ, ਮੇਰੇ ਕੋਈ ਇਸ ਬਾਰੇ ਮੇਂ ਕੋਈ ਜਾਣਕਾਰੀ ਨਹੀਂ ਹੈ। ਲੇਕਿਨ ਕੀ ਤੁਸੀਂ ਤਿਆਰੀ ਕਰ ਰਹੇ ਹੋ ਸਰ? ਅਸੀਂ ਲੋਕਾਂ ਦੀ ਸਹਿਮਤੀ ਨਾਲ ਉਮੀਦਵਾਰ ਦੇਵਾਂਗੇ। ਕੋਈ ਐਸਾ ਵੀ ਸਮੇਂ ਹੁੰਦਾ ਸੀ ਕਿ ਇੱਕ ਬਾਕਸ ਲਾਇਆ ਜਾਂਦਾ ਸੀ ਤੇ ਉੱਥੋਂ ਦੇ ਲੋਕਾਂ ਦਾ ਓਪੀਨੀਅਨ ਲਿਆ ਜਾਂਦਾ ਸੀ। ਔਰ ਅੱਜ ਕੀ ਹੋਇਆ ਕਿ 2 ਸਾਲਾਂ ਦੀ ਸਰਕਾਰ 92 ਸੀਟਾਂ ਤੋਂ ਬਾਅਦ ਇਸ ਗੱਲ ਤੋਂ ਇਹ ਗੱਲ ਤੈਅ ਹੋ ਜਾਂਦੀ ਹੈ ਕਿ ਅੱਜ ਮਜਬੂਰਨ ਆਪਦੇ 5 ਮੰਤਰੀ ਉਤਾਰਨੇ ਪਏ, ਉਹਨਾਂ ਕੋਲੇ ਹੋਰ ਕੋਈ ਚਿਹਰਾ ਨਹੀਂ ਰਹਿ ਗਿਆ। 2 ਚਿਹਰੇ ਉਹ ਪੋਚਿੰਗ ਕਰਕੇ ਲੈ ਕੇ ਗਏ, ਯਾਨੀ ਕਿ ਰਿੰਕੂ ਜੀ ਨੂੰ ਜਲੰਧਰੋਂ ਲੜਾਇਆ ਗਿਆ, GP ਜੀ ਜਿਹੜੇ ਉਹਨਾਂ ਨੂੰ ਪੋਚ ਕੀਤਾ ਗਿਆ ਸਾਡੇ ਲੋਕਾਂ ਨੂੰ। ਕਹਿਣ ਦਾ ਮਤਲਬ ਇਹ ਹੈ ਕਿ 2 ਸਾਲਾਂ ਦੀ ਸਰਕਾਰ ਦੇ ਵਿੱਚ 92 ਸੀਟਾਂ ਵਾਲੀ ਔਰ 13-0 ਕਹਿਣ ਵਾਲਿਆਂ ਕੋਲੇ ਕੋਈ ਨਵੇਂ ਚਿਹਰੇ ਨਹੀਂ ਮਿਲੇ ਔਰ ਉਹਨਾਂ ਹੀ ਚਿਹਰਿਆਂ ਨੂੰ ਲੜਾਇਆ ਗਿਆ। ਸੋ ਪਰ ਆਲ ਦਾ ਬੈਸਟ, ਮੈਨੂੰ ਲੱਗਦਾ ਕਿ ਇਹ ਜਲਦਬਾਜ਼ੀ 'ਚ ਲਿਆ ਗਿਆ ਡਿਸੀਜ਼ਨ, ਜਿਹੜੇ ਤਮਾਮ ਸਰਵੇ ਅਤੇ ਵੋਟ ਪਰਸੈਂਟੇਜ ਜਿਹੜੀ ਆਈ, ਇਹ ਉਹ ਜਲਦੀ 'ਚ ਲਿਆ ਗਿਆ ਡਿਸੀਜ਼ਨ ਹੈ। ਔਰ ਕਿੰਨੇ ਕੁ ਔਰ ਜਿਹੜੇ ਲੋਕ ਬਣਾਏ ਗਏ ਹੈ 2 ਸਾਲਾਂ 'ਚ, ਬਹੁਤ ਸਾਰੀ ਐਂਟੀ ਇਨਕੰਬੈਂਸੀ ਵੀ ਆਏਗੀ, ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਨਾ ਪ੍ਰਾਪਤੀਆਂ ਉਹਨਾਂ ਬਾਰੇ ਵੀ ਲੋਕ ਚਰਚਾ ਕਰਨਗੇ, ਇਹਨਾਂ ਲੋਕਾਂ ਦੀ ਵੀ ਚਰਚਾ ਕਰਨਗੇ। ਔਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਕੋਈ ਐਕਸਟਰਾ ਆਰਡਨਰੀ ਜਿਹੜੀ ਲਿਸਟ ਕੱਢ ਦਿੱਤੀ ਹੋਵੇ ਜਿਹਦੇ ਤੋਂ ਲੋਕ ਹੈਰਾਨ ਔਰ ਪਰੇਸ਼ਾਨ ਹੋਣ ਔਰ ਲੋਕਾਂ ਨੂੰ ਲੱਗੇ ਕਿ ਐਸੇ ਚਿਹਰੇ ਦੇ ਦਿੱਤੇ ਗਏ ਨੇ ਜਿਹੜੇ ਚਿਹਰੇ ਲੋਕਾਂ ਨੂੰ ਪਸੰਦ ਆਉਣ। ਇਹਦੇ ਨਾਲ ਨਾਲ ਇੱਕ ਹੋਰ ਵੀ ਗੱਲ ਇਹਦੇ ਵਿੱਚ ਪਰਸੈਪਸ਼ਨ ਜਿਹੜੀ ਵਿਚਾਰ ਬਣ ਰਹੇ ਆ ਲੋਕਾਂ ਦੇ ਔਰ ਜਿਹੜੀ ਗੱਲ ਸੱਚ ਹੈ, ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਇਹ ਚਿਹਰੇ ਮੁੱਖ ਮੰਤਰੀ ਨੂੰ ਪਸੰਦ ਨਹੀਂ ਸਨ। ਧਾਲੀਵਾਲ ਸਾਹਿਬ ਜਿਨ੍ਹਾਂ ਕੋਲ ਪੰਚਾਇਤੀ ਰਾਜ ਮੰਤਰੀ ਸਨ ਔਰ ਜਿਹੜੇ ਬਹੁਤ ਪਾਪੂਲਰ ਮੰਤਰੀ ਹੋ ਗਿਆ ਸੀਗਾ ਗੱਲਾਂ ਬਾਤਾਂ 'ਚ, ਅਤੇ ਉਹਨਾਂ ਤੋਂ ਉਹਨਾਂ ਦਾ ਮਹਿਕਮਾ ਲੈ ਲਿਆ ਗਿਆ, NRI ਦਿੱਤਾ ਗਿਆ। ਇਵੇਂ ਤੁਹਾਡੇ ਸਾਹਮਣੇ ਮੀਥੇਰ ਸਾਹਿਬ ਜਿਨ੍ਹਾਂ ਕੋਲ ਮਹਿਕਮਾ ਸੀਗਾ ਮਾਈਨਿੰਗ ਦਾ ਅਤੇ ਹੋਰ ਵੱਡੇ ਮੰਤਰਾਲੇ ਸੀ। ਸੋ ਕਈ ਵਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੀ ਔਰ ਮਾਨ ਸਾਹਿਬ ਦੀ ਆਪਸ ਵਿੱਚ ਜਿਹੜੀ ਕਿ ਜਿਹੜੇ ਉਹਨਾਂ ਦੇ ਚਹੇਤੇ ਹੈ, ਉਹਨਾਂ ਨੂੰ ਉਹ ਚਾਹੁੰਦੇ ਨੇ ਵੀ ਇਹ ਕਿਤੇ ਨਾ ਕਿਤੇ ਇਹਨਾਂ ਨੂੰ ਇੱਥੋਂ ਫਾਰਗ ਕਰ ਦਿੱਤਾ ਜਾਵੇ। ਸੋ ਇਹ ਕਈ ਗੱਲਾਂ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਕੋਈ ਐਕਸਟਰਾ ਆਰਡਨਰੀ ਜਿਹੜੀ ਲਿਸਟ ਦਿੱਤੀ ਹੋਵੇ, ਕੋਈ ਐਸੀ ਗੱਲ ਕੀਤੀ ਹੋਵੇ। ਕੀ ਪਾਰਟੀ ਨਵੇਂ ਉਮੀਦਵਾਰ ਲੈ ਕੇ ਆਏਗੀ ਜਾਂ ਪੁਰਾਣਾ ਚਿਹਰਾ ਕੋਈ ਹੀ ਟਿਕਟ ਦਿਆ ਜਾਏਗਾ? ਕੌਣ ਸੀ ਆਪਕੀ ਪਾਰਟੀ? ਹਮਾਰੇ ਤੋਂ ਦੇਖੋ, ਹਮਨੇ ਕਭੀ ਕਹਾ ਕਿ ਹਮ ਆਦਮੀ ਆਮ ਆਦਮੀ ਕੋ ਲੈ ਕੇ ਆਏਗੇ। ਮੇਰੇ ਜੈਸੇ ਜੋ ਲੋਕ ਚੁਣਾਵ ਮੇਂ ਲੜੇ ਵੋ ਆਮ ਆਦਮੀ ਥੇ, ਜਿਨਕਾ ਰਾਜਨੀਤੀ ਮੇਂ ਕੋਈ ਕੁਛ ਨਹੀਂ ਥਾ।
नए चेहरे भी हमारे बहुत आए। हम हमेशा वो बात करते हैं जो होने वाली, बहुत से पुराने चेहरे भी आएंगे, बहुत से नए चेहरे भी आएंगे, ये मिक्स एंड मैच हो, यंगस्टर भी आएंगे, कई पुराने चेहरे हैं जो कह रहे हैं नवजोत सिंह सिद्धू कह रहे हैं मैं चुनाव नहीं लड़ना चाहूंगा, यंगस्टर भी आएंगे, सीनियर भी आएंगे। कुछ कह रहा है कि बड़े नेता आपके चुनाव नहीं लड़ना चाहते लोकसभा का, नवजोत सिंह सिद्धू का भी नाम उसमें है, उन्होंने मना किया है, ऐसा कुछ नेता चुनाव नहीं लड़ना चाहता या लड़ना चाहता है मेरे को इस बारे में कोई जानकारी नहीं है, लेकिन जो जीतने वाले नेता होंगे चाहे वो बड़े होंगे छोटे होंगे, कांग्रेस पार्टी को, राहुल गांधी को, किसी मतलब कौन देना है, अगर कोई किसी को पार्टी कहेगी कि जिसको भी आदेश करेगी मेरे को लगता है वो पार्टी लड़ेगी। कहते हुए नजर आए थे कहते राजा बड़िंगर भी चोन लगनी चाहिए, प्रताप बाजवा ने, नवजोत सिंह सिद्धू ने, सुखजिंदर बढ़ावा ने, सारे लोकसभा चोना लड़नी चाहिए। तो मैनू नहीं पता भी प्रगट सिंह की कहते हुए नजर आए, चंगी गल है प्रगट सिंह जी की, इस बारे ये सोचनी होगी, हर बंदे का अपना अपना आई क्यू है, अपना अपना विचार है, प्रगट सिंह जी का यह विचार है, हो सकता है ये विचार वधिया होवे। लेकिन क्या तुसी तैयारी कर रहे हो सर? ਬੀਬਾ ਜੀ ਦੇ ਸਾਹਮਣੇ ਲੜੇ, ਸੋ ਮੇਰੇ ਕਹਿਣ ਦਾ ਮਤਲਬ ਰਾਜੇ ਵੜਿੰਗ ਦੀ ਦਾ 13 ਦੀਆਂ 13 ਸੀਟਾਂ ਤੋਂ ਤਿਆਰੀ ਹੈ ਜਿੱਥੋਂ ਪਾਰਟੀ ਇਹ ਲੱਗੇਗਾ, ਪਰ ਮੈਂ ਕਿਸੇ ਦਾ ਅਧਿਕਾਰ ਜਾਂ ਉੱਥੇ ਹੋਰ ਮੇਰੇ ਨਾਲ ਮਜ਼ਬੂਤ ਕੈਂਡੀਡੇਟ ਹੋਵੇ ਉੱਥੇ ਹੋਰ ਹੋਵੇ ਉਹ ਨਹੀਂ ਲੈਣਾ ਚਾਹੁੰਦਾ, ਲੇਕਿਨ ਜੇ ਅਗਰ ਮੈਨੂੰ ਪਾਰਟੀ ਕਿੱਥੋਂ ਕਹੇਗੀ ਤਾਂ ਰਾਜਾ ਵੜਿੰਗ ਕਿੱਥੋਂ ਕਹਿ ਸਕਦਾ ਕਿ ਨਹੀਂ? ਲਿਸਟ ਕਦੋਂ ਆ ਜਾਏਗੀ? 13 ਦੀਆਂ 13 ਤੋਂ ਲਿਸਟ ਕਦੋਂ ਆ ਜਾਏਗੀ ਤੁਹਾਡੀ? ਲਿਸਟ ਐਸੀ ਲਿਆਵਾਂਗੇ, ਲਿਸਟ ਆ ਜਾਏਗੀ, ਤੁਸੀਂ ਦੇਖੋਗੇ, ਬਲਕਿ ਸ਼ੇਰ ਦੀ ਸਵਾਰੀ ਕਰਾਂਗੇ, ਤੁਸੀਂ ਦੇਖੋ ਕੀ ਹੋਏ। ਮੁੱਖ ਮੰਤਰੀ ਦੇ ਦੋਸਤ ਕਰਮਜੀਤ ਅਨਮੋਲ ਨੂੰ ਵੀ ਟਿਕਟ ਦਿੱਤੀ ਹੈ, ਕਿਸ ਤਰ੍ਹਾਂ ਦੇਖੋਗੇ? ਹਾਂਜੀ, ਕਰਮਜੀਤ ਅਨਮੋਲ ਨੂੰ ਵੀ ਟਿਕਟ, ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿਤੇ ਦੋਸਤ ਆ ਗਏ ਕਿਤੇ ਪੁਰਾਣੇ ਚਿਹਰੇ ਆ ਗਏ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਹੁਣ ਉਹ ਮੁੱਖ ਮੰਤਰੀ ਸਾਹਿਬ ਜਿਹੜੀ 13-0 ਵਾਲੀ ਗੱਲ ਕਰਦੇ ਸੀ, ਉਹ ਨਹੀਂ ਕਿਸੇ ਨੇ ਸਵਾਲ ਪੁੱਛਿਆ ਵੀ 13-0 ਕੀ ਹੈ, 13-0 ਮਤਲਬ ਕਿ ਆਪ ਜ਼ੀਰੋ ਤੇ ਤਾਂ ਨਹੀਂ ਰਹਿਣ ਵਾਲੇ? ਵੜਿੰਗ ਸਾਹਿਬ ਵਿਕਰਮ ਚੌਧਰੀ ਨੇ ਸਵਾਲ 13-0 ਕਿਹਾ ਸੀ, ਜ਼ੀਰੋ ਆ ਗਈ ਹੈ। ਵੜਿੰਗ ਸਾਹਿਬ ਵਿਕਰਮ ਚੌਧਰੀ ਨੇ ਸਵਾਲ ਕੀਤੇ ਨੇ, ਵਿਕਰਮ ਚੌਧਰੀ ਕਹਿੰਦੇ ਕਿ ਪਾਰਟੀ ਨੂੰ ਸਾਡੇ ਪਰਿਵਾਰ ਦੀ ਕੁਰਬਾਨੀ ਵੇਖਣੀ ਚਾਹੀਦੀ ਹੈ। ਬਿਲਕੁਲ, ਪਾਰਟੀ ਸਭ ਕੁਝ ਦੇਖਦੀ ਹੈ, ਕੁਰਬਾਨੀਆਂ ਵੀ ਦੇਖਦੀ ਹੈ, ਸਭ ਦੀ ਪਾਰਟੀ ਦੀ ਸਿੰਸੈਰਿਟੀ ਵੀ ਦੇਖਦੀ ਹੈ, ਪਾਰਟੀ ਵਿਨੇਬਲ ਕ੍ਰਾਈਟੀਰੀਆ ਵੀ ਦੇਖਦੀ ਹੈ। ਮੈਨੂੰ ਨਹੀਂ ਲੱਗਦਾ ਪਾਰਟੀ ਕਿਸੇ ਨੂੰ ਵੀ ਇਗਨੋਰ ਕਰੇਗੀ, ਜਿਹੜੇ ਚੰਗੇ ਲੋਕ ਹੋਣਗੇ ਜਿੱਤਣ ਵਾਲੇ ਹੋਣਗੇ ਉਹਨਾਂ ਨੂੰ ਜ਼ਰੂਰ।